पटियाला विखे बन रहे बस स्टैंड के चलदियां कई लोगों के रुजगार नूं खतरा। पुराने बस स्टैंड नूं मिनी बस स्टैंड के रूप में बदलन की कीती मंग। पटियाला शहर विखे कई सालों तो चलते आ रहे बस स्टैंड नूं पटियाला राजपुरा रोड से सरहंद बाईपास के नज़दीक शिफ्ट किया जा रहा है। हुण इस बस स्टैंड नूं लैके पटियाला दे लोग अपना रुजगार बचाउण लई जद्दोजहद करते नजर आ रहे हैं। पुराने बस स्टैंड के आले दुआले पिछले कई सालों तो अपना रुजगार चला रहे दुकानदारा रेहड़ी वालिया अते ढाबे के मालकों ने कहा कि जेकर इस जगह से बस स्टैंड नूं खत्म करके कोई होर मॉल जां शोरूम बनाए जाते हैं तो उन्हां दा कारोबार ठप हो जाएगा और वह अपने रुजगार तो वेले हो जाए। इस नाल उन्हां दे घर दे चुल्ले भी ठंडे पै सकते हैं। उन्हां ट्रांसपोर्ट मंत्री राजा वड़िंग नूं अपील कीती के ओ इस बस स्टैंड नूं मिनी बस स्टैंड दे रूप विच बदल देण तां जो उन्हां दा रोजगार ठप ना होवे। उत्थे दुकानदारां ने कहा कि इस पुराने बस स्टैंड दे नाल गुरुद्वारा साहिब रेलवे स्टेशन काली माता मंदिर अते जिला अदालत बहुत नजदीक है। इस संबंधी उन्हां होर की कहा आओ सुनदे हां उन्हां दी जुबानी। ऑलरेडी ओनर वेलफेयर एसोसिएशन रजिस्टर पटियाला दा प्रेजिडेंट आ पटियाला शहर दा 4725 ਜਿਹੜੀ ਸਾਡੀ ਰਜਿਸਟਰਡ ਹੈਗੀ ਪਟਿਆਲੇ ਨਗਰ ਨਿਗਮ ਵਿੱਚ ਅਤੇ ਮੈਂ ਟਾਊਨ ਵੈਂਡਿੰਗ ਕਮੇਟੀ ਦਾ ਵੀ ਮੈਂਬਰ ਹਾਂ। ਕੀ ਦਿੱਕਤ ਕੀ ਆ ਰਹੀ ਹੈ? ਦਿੱਕਤ ਤਾਂ ਆ ਰਹੀ ਜੀ, ਹੁਣ ਬੱਸ ਸਟੈਂਡ ਤੋਂ ਸਾਨੂੰ 40 ਸਾਲ ਹੋ ਗਏ ਕੰਮ ਕਰਦੇ ਨੂੰ ਜੀ। ਅਗਰ ਬੱਸ ਸਟੈਂਡ ਚਲਾ ਗਿਆ ਸਾਡਾ ਰੁਜ਼ਗਾਰ ਤਾਂ ਬਿਲਕੁਲ ਖਤਮ ਹੋ ਜਾਏਗਾ। ਸਾਡਾ ਇਹ ਪ੍ਰਪੋਜ਼ਲ ਹੈ ਵੀ ਮਿੰਨੀ ਬੱਸ ਸਟੈਂਡ ਰੱਖਿਆ ਜਾਵੇ ਅਤੇ ਸਾਡੇ ਰੁਜ਼ਗਾਰ ਨੂੰ ਕੁਝ ਹੱਦ ਤੱਕ ਰੋਟੀ ਰੋਜੀ ਮਿਲਦੀ ਰਹੇ, ਚਲੋ ਜ਼ਿਆਦਾ ਨਹੀਂ ਥੋੜ੍ਹੀ ਮਿਲੇ। ਅਗਰ ਇਹ ਚੱਕਿਆ ਸਾਡੇ ਲਈ ਬਹੁਤ ਮੁਸ਼ਕਿਲ ਹੋ ਜਾਏਗਾ। ਔਰ ਇਸ ਟਾਈਮ ਬੱਸ ਸਟੈਂਡ ਦੇ ਨੇੜੇ ਨੇੜੇ ਰੇੜੀ ਘੱਟੋ ਘੱਟ 300 ਰੇੜੀ ਹੈ ਜੀ। ਕਈ ਪਰਿਵਾਰ ਇੱਥੇ ਇਹੋ ਜਿਹੇ ਨੇ ਜਿਨ੍ਹਾਂ ਦਾ ਕੰਮ ਸਿਰਫ ਇੱਕ ਦੁਕਾਨ ਤੋਂ ਹੀ ਚੱਲਦਾ, ਉਹਨਾਂ ਦਾ ਪਰਿਵਾਰ ਇੱਕ ਦੁਕਾਨ ਤੋਂ ਹੀ ਚੱਲਦਾ, ਉਹਨੂੰ ਕਿੰਨਾ ਘਾਟਾ ਪਊਗਾ ਜੀ? ਬਿਲਕੁਲ ਜੀ, ਖਤਮ ਹੋ ਜਾਣਾ ਤਾਂ ਪਹਿਲੇ ਲੋਕ ਉਹਨੇ ਮਾਰਦਾ 2 ਸਾਲ ਹੋ ਗਏ। ਰੇਹੜੀ ਵਾਲਾ ਤਾਂ ਇੰਨਾ ਜੀ, ਸਵੇਰੇ ਕਮਾਉਂਦੇ ਆ ਅਤੇ ਸ਼ਾਮ ਨੂੰ ਖਾਂਦੇ ਆ। 2 ਸਾਲ ਪਹਿਲਾਂ ਲੋਕਡਾਊਨ ਰਿਹਾ, ਕੈਪਟਨ ਸਾਹਿਬ ਨੇ ਕੁਛ ਨਹੀਂ ਦਿਆ ਕਿਸੇ ਰੇਹੜੀ ਵਾਲੇ ਨੂੰ, 1 ਰੁਪਈਆ ਵੀ ਨਹੀਂ ਦਿਆ। ਅਤੇ ਹੁਣ ਅਗਰ ਬੱਸ ਸਟੈਂਡ ਚਲਾ ਗਿਆ ਤਾਂ ਇਹਦਾ ਬਿਲਕੁਲ ਹੀ ਮਰ ਜਾਵਾਂਗੇ। ਚੰਨੀ ਸਰਕਾਰ ਫੈਸਲੇ ਲੈ ਰਹੀ ਬੜੇ ਵਧੀਆ, ਕਿੱਦਾਂ ਦੀ ਅਪੀਲ ਕਰਨਾ ਚਾਹੋਗੇ? ਅਸੀਂ ਚੰਨੀ ਸਰਕਾਰ ਅੱਗੇ ਅਪੀਲ ਕਰਨੀ ਚਾਹੁੰਦੇ ਹਾਂ ਵੀ ਜਿਹੜਾ 70 ਕਿਲੋਮੀਟਰ ਦਾ ਏਰੀਆ ਪਟਿਆਲੇ ਸ਼ਹਿਰ ਦਾ ਦੂਰ ਦੂਰ, ਇਹ ਉਹਦੀ ਬੱਸ ਉਰੇ ਰੱਖੀ ਜਾਵੇ। ਬਾਕੀ ਜੋ ਇੰਟਰਨੈਸ਼ਨਲ ਬੱਸਾਂ ਉਹ ਸਾਰੀਆਂ ਉੱਥੋਂ ਚਲਾਈ ਜਾਣ ਬੱਸ ਸਟੈਂਡ, ਉਹ ਵੀ ਸੁਵਿਧਾ ਰਹੀ ਅਤੇ ਇਹ ਉਰੇ, ਕਿਉਂਕਿ ਉਹ ਇਸ ਕਾਰਨ ਜੀ ਕੁਛ ਜਿੰਨਾ ਲੋਕਲ ਬੰਦਾ ਆਉਂਦਾ 70 ਕਿਲੋਮੀਟਰ ਤੋਂ ਪਟਿਆਲੇ, ਕੋਈ ਮਰੀਜ਼ ਆਉਣ, ਕਿਸੇ ਡਿਲੀਵਰੀ ਆ, ਕਿਸੇ ਕੁਛ ਆ ਮਾਤਾ ਪਿਤਾ ਵਾਸਤੇ, ਉਹਦੇ ਲਈ ਉੱਥੋਂ ਆਉਣਾ ਬਹੁਤ ਮੁਸ਼ਕਿਲ ਹੋ ਜਾਏਗਾ। ਜਿਵੇਂ ਗੱਲ ਕੀਤੀ, ਇਹਨਾਂ ਨੇ ਵੀ ਮੰਗ ਪੱਤਰ ਵੀ ਦਿੱਤਾ, ਇੱਕ ਪ੍ਰਪੋਜ਼ਲ ਤਿਆਰ ਕਰਕੇ ਦਿੱਤੀ ਆ ਰਾਜਾ ਜੀ ਨੂੰ, ਕੀ ਲੱਗਦਾ ਤੁਹਾਨੂੰ ਇਹ ਮੰਨਣਗੇ? ਅਤੇ ਕੋਈ ਅਸੀਂ ਤਾਂ ਵਿਸ਼ਵਾਸ ਨਾਲ ਵੀ ਚੱਲ ਸਕਦੇ ਹਾਂ, ਸਾਨੂੰ ਤਾਂ ਵਿਸ਼ਵਾਸ ਆ ਉਹਨਾਂ 'ਤੇ। ਪਹਿਲਾਂ ਵਿਸ਼ਵਾਸ ਸੀਗਾ, ਹੁਣ ਸਰਕਾਰ ਦੇ ਵਿਸ਼ਵਾਸ ਹੈ ਵੀ ਜਿਹੜਾ ਸਾਡਾ ਪ੍ਰਪੋਜ਼ਲ ਸਾਡਾ ਉਹਨਾਂ ਨੇ ਆਪਣੇ ਹਿਸਾਬ ਦਿੱਤੇ। ਫਿਰ ਕੀ ਰਣਨੀਤੀ ਰਹੂਗੀ? ਦੇਖੇਗਾ ਇਸ ਤੋਂ ਬਾਅਦ ਬਣਾਏਗਾ, ਨਹੀਂ ਬਣੀ ਤਾਂ ਰਣਨੀਤੀ ਕੰਮ ਤਾਂ ਲੱਗੇਗਾ। ਲੱਗਿਆ ਇੱਕੇ ਦਮ ਤਾਂ ਸੀ ਉਹ ਓਪੋਜੀਸ਼ਨ ਹੋਣੀ ਸਰ ਵੀ ਇਹ ਨਹੀਂ ਮੰਨੇਗਾ ਤੁਸੀਂ ਇਹ ਕਰੇਂਗੇ, ਪਹਿਲਾਂ ਉਹਨੂੰ ਦੇਖਦੇ ਹਾਂ ਨਹੀਂ ਕਦੇ, ਉਸ ਤੋਂ ਬਾਅਦ ਫਿਰ ਅਸੀਂ ਆਪਣੀ ਰਣਨੀਤੀ ਬਣਾਵਾਂਗੇ। ਸਾਡੀ ਰਣਨੀਤੀ ਕਿਆ ਹੋਏਗੀ? ਜਿਸ ਨਾਲ ਸਾਡਾ ਸਭ ਦਾ ਰੁਜ਼ਗਾਰ ਬਚਿਆ ਰਹੇ। ਕਿਉਂ ਅਗਰ ਅਸੀਂ ਦੇਖੀਏ ਪਟਿਆਲੇ ਸ਼ਹਿਰ ਦੀ 4725 ਜਿਹੜੀ ਕਿ ਹਰ ਇੱਕ ਟਾਈਮ ਮੇਰੇ ਨਾਲ ਚੱਲਦੀ ਹੈ, ਜਿਹੜੀ ਕਿ ਟੋਟਲ ਰਜਿਸਟਰਡ ਹੋ ਚੁੱਕੀ ਹੈ ਕਮੇਟੀ ਦੇ ਅੰਦਰ 4725 ਬੰਦੇ, ਇਹਨਾਂ ਬਾਰੇ ਇਹਨਾਂ ਨੇ ਕੁਛ ਨਹੀਂ ਸੋਚਿਆ ਅੱਜ ਤੱਕ। ਕਿਉਂ ਅਸੀਂ ਚਾਹੁੰਦੇ ਵੀ ਇਹਦਾ ਰੁਜ਼ਗਾਰ ਤਾਂ ਨਾ ਜਾਵੇ ਨਾ ਇੱਥੇ, ਵੀ ਚਲੋ ਤੁਸੀਂ ਲੋਕਡਾਊਨ ਮਾ ਨਹੀਂ ਦਿੱਤਾ, ਅਸੀਂ ਕਰਜ਼ਦਾਰ ਹੋਏ, ਮੰਗ ਕੇ ਖਾਧਾ, ਜਿਸ ਤਰ੍ਹਾਂ ਜੋ ਵੀ ਕਰਿਆ ਚਾਹੇ, ਉਹ ਸਾਡਾ ਰੁਜ਼ਗਾਰ ਤਾਂ ਨਾ ਖੋਲ੍ਹਣਾ, ਥੋੜ੍ਹਾ ਸਾਥ ਤਾਂ ਦੇਣਾ। ਸਰਕਾਰ ਨੂੰ ਅਸੀਂ ਇਲਤਜਾ ਬੇਨਤੀ ਕੀਤੀ ਅੱਜ ਕਿ ਇੱਥੇ ਆਸ ਪਾਸ 4 ਚੁਫੇਰੇ ਜਿੰਨੇ ਵੀ ਦੁਕਾਨਦਾਰ ਨੇ, ਚਾਹੇ ਉਹ ਹੋਟਲ ਵਾਲੇ ਨੇ, ਚਾਹੇ ਉਹ ਮੋਬਾਈਲ ਸ਼ੋਪਸ ਵਾਲੇ ਨੇ, ਚਾਹੇ ਉਹ ਰੇਹੜੀ ਵਾਲੇ ਨੇ, ਚਾਹੇ ਛੋਟਾ ਢਾਬਾ ਹੈ, ਚਾਹੇ ਫਰੂਟ ਦਾ ਕੰਮ ਹੈ, ਚਾਹੇ ਪਰਲੇ ਪਾਸੇ ਪਰੌਂਠਾ ਮਾਰਕੀਟ ਹੈ, ਚਾਹੇ ਲੋਰੀ ਗੇਟ ਦੇ ਦੁਕਾਨਦਾਰ ਨੇ ਜਿਹੜੇ ਹੌਜ਼ਰੀ ਦਾ ਸਮਾਨ ਵੇਚਦੇ ਨੇ, ਕੰਬਲ ਨੇ, ਬੱਚਿਆਂ ਦਾ ਸਮਾਨ, ਸਰਦੀਆਂ ਦਾ, ਗਰਮੀਆਂ ਦਾ, ਆਸ ਪਾਸ ਤੁਸੀਂ ਜੇ 1 ਕਿਲੋਮੀਟਰ ਦਾਇਰਾ ਲਾਓਗੇ ਤਕਰੀਬਨ 5-7 ਹਜ਼ਾਰ ਪਰਿਵਾਰ ਹੈ ਜਿਨ੍ਹਾਂ ਦੇ ਵਿੱਚੋਂ ਤਕਰੀਬਨ 50 ਹਜ਼ਾਰ ਲੋਕਾਂ ਦਾ ਢਿੱਡ ਭਰਦਾ, ਉਹ ਭੁੱਖੇ ਮਰਨਗੇ। ਸਰਕਾਰ ਨੂੰ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਪਟਿਆਲੇ ਨੂੰ ਜਿੱਥੇ ਇੱਕ ਤੋਹਫ਼ਾ ਦਿੱਤਾ, ਬਹੁਤ ਅੱਤ ਆਧੁਨਿਕ 1 ਕਰੋੜ ਰੁਪਇਆ ਲਾ ਕੇ ਤੁਸੀਂ ਇੱਕ ਬੱਸ ਸਟੈਂਡ ਤਿਆਰ ਕੀਤਾ, ਉੱਥੇ ਜਿਹੜੀਆਂ ਲੌਂਗ ਰੂਟਸ ਦੀਆਂ ਬੱਸਾਂ, ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਹੋਇਆ, ਜੇ 43 ਸੈਕਟਰ ਦਾ ਨਵਾਂ ਬੱਸ ਸਟੈਂਡ ਬਣਿਆ ਤਾਂ 17 ਸੈਕਟਰ ਉਹਨਾਂ ਨੇ ਖਤਮ ਨਹੀਂ ਕੀਤਾ। ਇਹੀ ਬੇਨਤੀ ਸਾਡੀ ਹੈ ਕਿ ਇੱਥੇ ਜਿਹੜਾ ਲੋਕਲ ਬੱਸ ਸਟੈਂਡ 70 ਕਿਲੋਮੀਟਰ ਦੇ ਦਾਇਰੇ ਦਾ, ਜਿਹਦੇ ਵਿੱਚ ਆਸ ਪਾਸ ਦੇ ਪਿੰਡਾਂ ਦੇ ਜਿੰਨੇ ਲੋਕ ਨੇ ਉਹ ਆਪਣਾ ਘਰ ਦਾ ਸਮਾਨ ਲੈਣ ਆਉਂਦੇ ਆ, ਜੇ ਕੋਈ ਕਚਹਿਰੀ ਆਉਂਦਾ, ਮਾਤਾ ਕਛਲਿਆ ਆਉਂਦਾ, ਖਾਣ ਪੀਣ ਦਾ ਸਮਾਨ ਜੋ ਕਿ ਬਹੁਤ ਹੀ ਅਫੋਰਡੇਬਲ ਹੈ। ਜੇ ਤੁਸੀਂ ਉੱਥੇ ਮੈਕਡੋਨਲਡ KFC ਖੋਲ੍ਹੋਗੇ ਤਾਂ ਆਮ ਗਰੀਬ ਆਦਮੀ ਪਿੰਡਾਂ ਤੋਂ ਆਉਂਦੇ ਨੇ ਜਿਹੜੇ ਉਹ ਨਹੀਂ ਅਫੋਰਡ ਕਰ ਸਕਦੇ, ਉਹ ਜਿਹੜੇ ਇੱਥੇ ਭਟੂਰੇ ਛੋਲੇ ਵਾਲੇ ਨੇ, ਕੁਲਚੇ ਵਾਲੇ ਨੇ, ਕੋਈ ਬ੍ਰੈਡ ਪਕੌੜੇ ਵਾਲਾ, ਕੋਈ ਫਰੂਟ ਵਾਲਾ,
आम आदमी दो केले खा के भी सारी दिहाड़ी कढ लैंदे। पटियाला तो अमरजीत सिंह की रिपोर्ट, चढ़दी कला, टाइम टीवी।